ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕੋਰੋਨਾ ਮੁਕਤ ਹੋਣ ਤੋਂ ਬਾਅਦ ਜ਼ਿਲ੍ਹੇ ਦਾ ਸਮੁੱਚਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਬਿਨੇ ਬੁਗਲਾਨੀ ਦੀ ਅਗਵਾਈ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਸਥਿਤ ਉਹਨਾਂ ਦੀ ਯਾਦਗਾਰ ਨੂੰ ਸਿਜਦਾ ਕਰਨ ਲਈ ਪਹੁੰਚਿਆ। ਇਸ ਮੌਕੇ ਬਿਨੇ ਬੁਗਲਾਨੀ ਨੇ ਪੱਤਰਕਾਰਾਂ ਨਾਲ ਭਾਵੁਕ ਹੁੰਦਿਆਂ ਕਿਹਾ ਕਿ 18 ਮਾਰਚ ਜਿਸ ਦਿਨ ਸਵਰਗੀ ਬਲਦੇਵ ਸਿੰਘ ਦੇ ਦੇਹਾਂਤ ਤੋਂ ਬਾਅਦ ਉਹਨਾਂ ਦਾ ਲਿਆ ਗਿਆ ਕੋਵਿਡ ਸੈਂਪਲ ਪੋਜ਼ਿਟਿਵ ਆਉਣ ਦੀ ਖਬਰ ਆਈ ਸੀ। ਉਸ ਦਿਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਿਖਰਲੇ ਤੋਂ ਹੇਠਲੇ ਅਧਿਕਾਰੀ ਤੱਕ ਨੇ ਇਸ 1 ਮਹੀਨੇ ਦੇ ਸਮੇਂ ਵਿੱਚ ਦਿਨ ਰਾਤ ਇੱਕ ਕੀਤਾ ਹੋਇਆ ਸੀ ਕਿ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਨੂੰ ਇਹਨਾਂ ਪਿੰਡਾਂ ਤੋਂ ਹੋਰ ਅੱਗੇ ਫੈਲਣ ਤੋਂ ਬਚਾ ਲਿਆ ਜਾਵੇ। ਉਹਨਾਂ ਦੱਸਿਆ ਕਿ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਇਸ ਗੱਲ ਦਾ ਵਿਸ਼ਵਾਸ ਸੀ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਮ ਨਾਲ ਜੁੜਿਆ ਇਹ ਜ਼ਿਲ੍ਹਾ ਇਸ ਮਹਾਮਾਰੀ ਨਾਲ ਲੜੀ ਜਾ ਰਹੀ ਜੰਗ 'ਚੋਂ ਵੀ ਜਿੱਤੇਗਾ ਤੇ ਹੁਣ 18ਵਾਂ ਮਰੀਜ਼ ਸਿਹਤਯਾਬ ਹੋਣ ਤੇ ਘਰ ਜਾਣ ਤੋਂ ਬਾਅਦ ਉਹਨਾਂ ਦਾ ਇਹ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਹੈ। ਸ਼ਹੀਦ ਭਗਤ ਸਿੰਘ ਨਗਰ ਦੇ ਜਿਹੜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਆਫਿਸਰਸ ਜਿਹਦੇ ਵਿੱਚ ਸਿਵਲ ਪੁਲਿਸ ਔਰ ਹੈਲਥ ਦੇ ਆਫਿਸਰ ਸਪੈਸ਼ਲੀ ਖਟਕੜ ਕਲਾਂ ਦੇ ਵਿੱਚ ਜਿਹੜਾ ਸਾਡਾ ਬਹੁਤ ਹੀ ਸਤਿਕਾਰਯੋਗ ਸ਼ਹੀਦ ਭਗਤ ਸਿੰਘ ਜੀ ਦਾ ਜਿਹੜਾ ਮਿਊਜ਼ੀਅਮ ਹੈ ਉਹਦੇ ਵਿੱਚ ਨਤਮਸਤਕ ਹੋਣ ਲਈ ਆਏ ਹਾਂ। ਅੱਜ ਦਾ ਸਾਡਾ ਇੱਥੇ ਆਉਣ ਦਾ ਮੰਤਵ ਇਹ ਹੈ ਕਿ ਜਿਹੜਾ ਕੋਰੋਨਾ ਵਾਇਰਸ ਦਾ ਜਿਹੜਾ ਇੰਪੈਕਟ ਸਪੈਸ਼ਲੀ ਇਸ ਇਲਾਕੇ ਦੇ ਵਿੱਚ ਬੰਗਾ ਏਰੀਏ 'ਚ ਪੈ ਗਿਆ ਔਰ ਉਹ ਤੋਂ ਬਾਅਦ ਸਾਡੇ 18 ਪੇਸ਼ੈਂਟ ਜਿਹੜੇ ਹੈਗੇ ਠੀਕ ਹੋ ਕੇ ਘਰ ਚਲੇ ਗਏ ਔਰ ਅੱਜ ਜਿਹੜਾ ਹੈਗਾ ਆਖਰੀ ਪੇਸ਼ੈਂਟ ਨੂੰ ਅਸੀਂ ਘਰ ਭੇਜਿਆ ਤਾਂ ਅਸੀਂ ਇੱਥੇ ਟ੍ਰਿਬਿਊਟ ਪੇ ਕਰਨ ਵਾਸਤੇ ਆਏ ਹਾਂ ਕਿ ਮੇਰਾ ਇਹ ਮੰਨਣਾ ਕਿ ਇਸ ਜ਼ਿਲ੍ਹੇ ਦਾ ਜਿਹੜਾ ਨਾਮ ਹੈ ਉਹ ਇਸ ਸ਼ਖਸੀਅਤ ਦੇ ਨਾਮ 'ਤੇ ਹੈ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਰਹੀ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਔਰ ਮੇਰਾ ਇਹ ਵੀ ਬਹੁਤ ਦਿਲੋਂ ਮੰਨਣਾ ਕਿ ਇਸ ਜਗ੍ਹਾ ਦਾ ਜਿਹੜਾ ਇੰਪੈਕਟ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਆਪਣੀ ਲੈਂਗੁਏਜ 'ਚ ਇਹਦਾ ਪੋਜ਼ਿਟਿਵ ਇੰਪੈਕਟ ਜਿਹੜਾ ਹੈਗਾ ਉਹ ਸਾਡੇ ਜ਼ਿਲ੍ਹੇ ਵਿੱਚ ਹਮੇਸ਼ਾ ਹੀ ਰਿਹਾ ਔਰ ਇਸੇ ਛਤਰ ਛਾਇਆ ਥੱਲੇ ਜਿਹੜਾ ਹੈਗਾ ਇਸ ਦੇ ਵਿੱਚੋਂ ਅਸੀਂ ਜਿਹੜਾ ਹੈਗਾ ਕੋਰੋਨਾ ਵਾਇਰਸ ਦੇ ਵਿੱਚੋਂ ਅਸੀਂ ਨਿਕਲ ਕੇ ਅੱਜ ਬਾਹਰ ਆਏ ਹਾਂ ਔਰ ਮੇਰਾ ਲੋਕਾਂ ਨੂੰ ਇੱਥੋਂ ਇਹ ਅਪੀਲ ਹੈ ਕਿ ਉਹ ਹੁਣ 28 ਦਿਨ ਬੜੇ ਕ੍ਰਿਟੀਕਲ ਨੇ ਇਹ ਜਿਹੜੇ 28 ਦਿਨ ਹੈਗੇ ਇਹਨਾਂ ਦਿਨਾਂ ਦੇ ਵਿੱਚ ਉਹ ਕੋਸ਼ਿਸ਼ ਇਹ ਕਰਨ ਕਿ ਸਾਰਾ ਪ੍ਰੋਟੋਕੋਲ ਜਿਹੜਾ ਹੈਗਾ ਉਹਨੂੰ ਮੇਨਟੇਨ ਕਰਨ ਸੋਸ਼ਲ ਡਿਸਟੈਂਸ ਰੱਖਣ ਔਰ ਸਪੈਸ਼ਲੀ ਜਿਹੜਾ 3 ਤਰੀਕ ਤੱਕ ਦਾ ਜਿਹੜਾ ਕਰਫਿਊ ਦਾ ਜਿਹੜਾ ਹੈਗਾ ਉਹਦੀ ਹਰ ਇੱਕ ਆਰਡਰ ਨੂੰ ਲੋਕ ਮੰਨਣ। ਸੋ ਇਹ ਮੇਰੀ ਅਪੀਲ ਹੈ। ਇਸ ਅਪੀਲ ਦੇ ਨਾਲ ਨਾਲ ਮੈਂ ਲੋਕਾਂ ਦਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਇੱਥੇ ਸਾਡੇ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਸ਼ਾਸਨ ਦਾ ਸਾਥ ਦਿੱਤਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦੀ ਕਰ ਧੰਨਵਾਦੀ ਹੁੰਦਾ ਜੈ ਹਿੰਦ। ਦੇਖੀਏ ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਦੀ ਬਾਤ ਹੈ ਕਿ ਅੱਜ ਹਮਾਰੇ 18 ਪੇਸ਼ੈਂਟ ਸਾਰੇ ਕਿਉਰ ਹੋ ਕਰਕੇ ਘਰ ਜਾ ਚੁੱਕੇ ਹੈ। ਬਟ ਇਹ ਸਭ ਸਹਿਯੋਗ ਆਮ ਲੋਕੋ ਕਾ ਥਾ ਹਮਾਰੇ ਸਾਥ ਪੁਲਿਸ ਕੇ ਸਾਥ ਸਾਥ ਐਡਮਿਨਿਸਟ੍ਰੇਸ਼ਨ ਹੈਲਥ ਸਭੀ ਕਾ ਕਾਮ ਰਹਾ ਉਹ ਸਭ ਸੇ ਜ਼ਿਆਦਾ ਜੋ ਹਮਾਰਾ ਸਹਿਯੋਗ ਕੀਆ ਯਹਾਂ ਕੀ ਜਨਤਾ ਨੇ ਕੀਆ ਹੈ ਜਿਨ੍ਹੋਂ ਨੇ ਕਿ ਸਾਰੇ ਡਾਇਰੈਕਸ਼ਨਸ ਕੋ ਫੋਲੋ ਕੀਆ ਹੈ ਔਰ ਪੁਲਿਸ ਕੇ ਬੰਦੋਬਸਤ ਥੇ ਜਾਂ ਸਿਵਲ ਕੀ ਤਰਫ ਸੇ ਜਿਤਨੇ ਵੀ ਡਾਇਰੈਕਸ਼ਨਸ ਥੀ ਉਨਕੋ ਉਨ੍ਹੋਂ ਨੇ ਬਖੂਬੀ ਮਾਨਾ ਹੈ ਜਿਸ ਕੀ ਵਜ੍ਹਾ ਸੇ ਆਜ ਹਮ ਲੋਕ ਯਹਾਂ ਪੇ ਪਹੁੰਚੇ ਹੈ। ਲੇਕਿਨ ਯਹੀ ਬਾਤ ਹੈ ਜੀ ਕਿ ਇੱਕ ਔਨਗੋਇੰਗ ਬੈਟਲ ਹੈ ਇਸਮੇਂ ਯਹ ਨਹੀਂ ਹੈ ਕਿ ਆਜ ਹਮਾਰੇ ਕੇਸ ਖਤਮ ਹੋ ਗਏ ਤੋ ਕੱਲ ਕੇ ਕੇਸਿਸ ਨਹੀਂ ਆ ਸਕਤੇ। ਇਸ ਲਈ ਹਮੇ ਉਤਨਾ ਹੀ ਚੌਕੰਨਾ ਰਹਿਣੇ ਕੀ ਜ਼ਰੂਰਤ ਹੈ ਉਤਨਾ ਹੀ ਚੌਕਸ ਰਹਿਣੇ ਕੀ ਜ਼ਰੂਰਤ ਹੈ। ਹਮ ਲੋਕ ਜੈਸੇ ਅਭੀ ਤੱਕ ਰਹਿਤੇ ਆਏ ਉਤਨੀ ਹੀ ਸਤਰਕਤਾ ਹਮਨੇ ਬਰਤਨੀ ਹੈ। ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈ, ਕਰਫਿਊ ਕੋ ਫੋਲੋ ਕਰਵਾਉਣਾ ਹੈ, ਮਤਲਬ ਆਪਣੇ ਘਰੋਂ ਮੇ ਰਹਿਣਾ ਹੈ, ਬਾਹਰ ਨਹੀਂ ਆਉਣਾ ਹੈ ਔਰ ਜੋ ਵੀ ਡਾਇਰੈਕਸ਼ਨਸ ਗਵਰਨਮੈਂਟ ਕੀ ਤਰਫ ਸੇ ਆ ਰਹੀ ਹੈ ਇਸ ਦੌਰਾਨ ਉਨਕੋ ਵਰਡ ਟੂ ਵਰਡ ਜੋ ਹੈ ਫੋਲੋ ਕਰਨਾ ਹੈ।